ਨਾਸਰ ਭਾਈ ਮਸਣ ਅਗਰ ਕਈ ਦੋ ਸਾਡੇ ਨੇ ਭੈਣ ਭਰਾ ਨਹੀਂ ਤਕਲੀਫ ਕਰਦੇ ਨਹੀਂ ਬਣਾ ਸਕਦੇ ਅਗਰ ਤੁਹਾਡੇ ਕੋਲੋਂ ਮੰਗਵਾਉਣਾ ਚਾਹਣ ਤੇ ਮੰਗਵਾ ਸਕਦੇ ਤੁਹਾਡੀ ਮਿਹਰਬਾਨੀ ਹੈ ਜਿਹੜਾ ਵੇਖਦਾ ਉਹ ਅੱਗੇ ਵੀ ਸ਼ੇਅਰ ਕਰੇ ਉਹ ਅੱਗੇ ਵੀ ਸ਼ੇਅਰ ਕਰੇ ਤਾਂ ਕਿ ਆਪਣੇ ਦੋਸਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਲੱਗੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕਮ ਨਾਜ਼ਰੀਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਸ਼ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀਖੇਲ ਅੱਜ ਅਸੀਂ ਆਪਣੇ ਸਟਾਫ ਤੇ ਸੜ ਲਾਗੇ ਨਾਸਰ ਭਾਈ ਬੈਠੇ ਦੇ ਨੇ ਨਾਸਰ ਭਾਈ ਬੜੇ ਦਿਨਾਂ ਤੋਂ ਦੱਸਦੇ ਪਏ ਕਿ ਯਾਰ ਮੈਂ ਇੱਕ ਆਪਣੇ ਥੱਕੀ ਇੱਕ ਤਿਆਰ ਕੀਤੀ ਹੈ ਜਿਹੜਾ ਕਿ ਅਸੀਂ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਅਗਰ ਉਹ ਲੋਕ ਆਪਣੇ ਖੁਦ ਬਣਾਉਣਾ ਚਾਹੁੰਦੇ ਨੇ ਖੁਦ ਤੁਹਾਨੂੰ ਨੁਸਖਾ ਦੱਸ ਦਿੰਦੇ ਹਾਂ ਬਕਾਇਦਾ ਤੁਸੀਂ ਜਿਹੜਾ ਨੁਸਖਾ ਲਿਖਿਆ ਦਾ ਭਾਈ ਨੇ ਉਹ ਬਕਾਇਦਾ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਔਰ ਤੁਸੀਂ ਖੁਦ ਬਣਾ ਸਕਦੇ ਹੋ ਦੂਸਰਾ ਅਗਰ ਕਿਸੇ ਭਾਈ ਨੇ ਮੰਗਵਾਉਣੀ ਆ ਤੁਸੀਂ ਨਾਸਰ ਭਾਈ ਕੋਲੋਂ ਮੰਗਵਾ ਵੀ ਸਕਦੇ ਹੋ ਤੇ ਨਾਸਰ ਭਾਈ ਨਾਲ ਗੱਲ ਕਰਨਾ ਔਰ ਨਾਸਰ ਭਾਈ ਸਾਰੀ ਜਿਹੜੀ ਨਾ ਤਫਸੀਲਾਂ ਉਹ ਤੁਹਾਨੂੰ ਆਪਣੇ ਤੁਹਾਡੇ ਨਾਲ ਸ਼ੇਅਰ ਕਰ ਦੇਣ ਅਸਲਾਮ ਅਲੈਕਮ ਨਾਸਰ ਭਾਈ ਕੀ ਹਾਲ ਆ ਵਾਲੇਕਮ ਸਲਾਮ ਕੀ ਹਾਲ ਆ ਨਾਸਰ ਭਾਈ ਠੀਕ ਠਾਕ ਜੀ ਸ਼ੁਕਰ ਹੈ ਅੱਲਾਹ ਸਾਹਿਬ ਠੀਕ ਠਾਕ ਅੱਛਾ ਨਾਸਰ ਭਾਈ ਕਿਹੜੀ ਫੱਕੀ ਤੁਸੀਂ ਕਾਹਦੇ ਵਾਸਤੇ ਬਣਾਈ ਆ ਜ਼ਰਾ ਸਾਡੇ ਨਾਜ਼ਰੀਨ ਨਾਲ ਸ਼ੇਅਰ ਕਰੋ ਨਾ ਜ਼ਰਾ ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ ਨਾਜ਼ਰੀਨ ਅੱਜ ਕੱਲ ਨਿਜ਼ਾਮ ਚੱਲ ਰਿਹਾ ਠੰਡ ਦਾ ਜੀ ਜੀ ਠੰਡ ਦੇ ਨਾਲ ਜਿਹੜੇ ਜ਼ੁਕਾਮ ਲੋਕਾਂ ਨੂੰ ਹੋ ਰਹੇ ਨੇ ਜੀ ਜੀ ਬੁਖਾਰ ਨਜ਼ਲਾ ਜ਼ੁਕਾਮ ਅਕਸਰ ਹੋ ਰਿਹਾ ਜੀ ਜੀ ਉਹਦੇ ਵਾਸਤੇ ਹੈ ਮਫੀਦ ਫੱਕੀ ਆਪ ਵੀ ਇਸਤੇਮਾਲ ਕੀਤੀ ਹੈ ਅਤੇ ਇਹਦਾ ਰਿਜ਼ਲਟ ਬਹੁਤ ਅੱਛਾ ਹੈ ਸਹੀ ਇਹ ਜ਼ੁਕਾਮ ਵਾਸਤੇ ਫੱਕੀ ਆ ਕਿ ਦੁੱਧ ਤੁਸੀਂ ਇੱਕ ਪਾ ਦੁੱਧ ਲੈਣਾ ਜੀ ਜੀ ਬਦਾਮ ਲੈਣੀਆਂ ਨੇ 12 ਗਿਰੀਆਂ ਕਾਲੀ ਮਿਰਚ ਦੇ 5 ਦਾਣੇ ਲੈਣੇ ਨੇ ਲੌਂਗ ਦੇ 4 ਦਾਣੇ ਲੈਣੇ ਨੇ ਕਿਸ਼ਮਿਸ਼ 12 ਦਾਣੇ ਲੈਣੇ ਨੇ ਕਾਲੇ ਚਨੇ 20 ਦਾਣੇ ਲੈਣੇ ਨੇ ਇਹਨਾਂ ਨੂੰ ਤੁਸੀਂ ਰਾਤ ਨੂੰ ਦੁੱਧ 'ਚ ਭਿਉਂ ਲੈਣਾ ਦੁੱਧ ਗਰਮ ਕੀਤਾ ਦਾ ਹੋਵੇ ਰਾਤ ਨੂੰ ਤੁਸੀਂ ਇਹਨੂੰ ਭਿਉਂ ਲੈਣਾ ਅਤੇ ਸੁਬਾਹ ਇਹਨੂੰ ਚੰਗੀ ਤਰ੍ਹਾਂ ਗ੍ਰੈਂਡ ਕਰਕੇ ਤੁਸੀਂ ਇਸਤੇਮਾਲ ਕਰਨਾ 2-3 ਦਿਨ ਇਨਸ਼ਾਅੱਲਾ ਤਾਲਾ ਤੁਹਾਡਾ ਜਿੰਨਾ ਵੀ ਪੁਰਾਣਾ ਜ਼ੁਕਾਮ ਆ ਘੇਰਾ ਆ ਨਾ ਜੀ ਜੀ ਇਹ ਇਨਸ਼ਾਅੱਲਾ ਤਾਲਾ ਤੁਹਾਡਾ ਬਿਲਕੁਲ ਸਹੀ ਹੋ ਜਾਏਗਾ ਸਹੀ ਹੋ ਗਿਆ ਔਰ ਇਹ ਅਜ਼ਮਾਈ ਹੋਈ ਗੱਲ ਹੈ ਇੱਕ ਬਿਲਕੁਲ ਪੇਟ ਗੈਸ ਵਾਸਤੇ ਤੁਸੀਂ ਲੈਣਾ ਇਲਾਚੀ 25 ਗ੍ਰਾਮ ਲੈਣੀ ਆ ਜੀ ਜੀ ਸੌਂਫ 25 ਗ੍ਰਾਮ ਲੈਣੀ ਆ ਸਫੇਦ ਜ਼ੀਰਾ 25 ਗ੍ਰਾਮ ਲੈਣਾ ਪੁਦੀਨਾ 25 ਗ੍ਰਾਮ ਲੈਣਾ ਸੁੱਕਾ ਦਾ ਸਹੀ ਇਹ ਤੁਹਾਡਾ ਪੇਟ ਗੈਸ ਵਾਸਤੇ ਬਹੁਤ ਹੀ ਅੱਛਾ ਫਾਰਮੂਲਾ ਆਪ ਘਰ ਤਿਆਰ ਕਰਕੇ ਤੁਸੀਂ ਇਸਤੇਮਾਲ ਕਰੋ ਕੋਈ ਕਿਤੇ ਲਾਂਭੇ ਪੈਸੇ ਖਰਚ ਕਰਨ ਦੀ ਲੋੜ ਕੋਈ ਨਹੀਂ ਹੈਗੀ ਨਹੀਂ ਨਾਸਰ ਭਾਈ ਮਸਣ ਅਗਰ ਕਈ ਦੋ ਸਾਡੇ ਨੇ ਭੈਣ ਭਰਾ ਨਹੀਂ ਤਕਲੀਫ ਕਰਦੇ ਨਹੀਂ ਬਣਾ ਸਕਦੇ ਅਗਰ ਤੁਹਾਡੇ ਕੋਲੋਂ ਮੰਗਵਾਉਣਾ ਚਾਹਣ ਤਾਂ ਮੰਗਵਾ ਸਕਦੇ ਨੇ ਨਹੀਂ ਮੇਰੇ ਕੋਲ ਹੀ ਮੰਗਵਾਉਣਾ ਚਾਹ ਮੈਂ ਨਹੀਂ ਇੰਨੇ ਕੁਛ ਕਰ ਸਕਦਾ ਮੈਂ ਆਪ ਹੀ ਬਣਾਈ ਅਤੇ ਆਪ ਇਸਤੇਮਾਲ ਕਰਨਾ ਅਸੀਂ ਐਵੇਂ ਲੋਕਾਂ ਨੂੰ ਕਹੀਏ ਕਿ ਸਾਡੇ ਕੋਲ ਪੈਸੇ ਆਣ ਕੇ ਵਟਾਓ ਅਸੀਂ ਨਹੀਂ ਤੁਸੀਂ ਇਹ ਘਰ ਇਹ ਆਸਾਨ ਤਰੀਕਾ ਹਰ ਘਰ ਵਾਲੇ ਜਿਹੜੇ ਨੇ ਬਣਾ ਸਕਦੇ ਨੇ ਆਪਣੇ ਘਰ ਨਾਸਰ ਭਾਈ ਨੇ ਕਿਹਾ ਜੀ ਮੈਂ ਨਹੀਂ ਬਣਾ ਕੇ ਵੇਚਦਾ ਨਹੀਂ ਆ ਕਹਿੰਦਾ ਮੈਂ ਖੁਦ ਅਜ਼ਮਾਈ ਆ ਔਰ ਸਾਡੇ ਆ ਭਾਈ ਨੇ ਇਹ ਵੀ ਖਾਣੇ ਨੇ ਇਹਨਾਂ ਦੀ ਦੁਕਾਨ ਤੇ ਜਿੰਨੇ ਵੀ ਚਾਹ ਚੂ ਪੀਣ ਲੋਕ ਆਉਂਦੇ ਨੇ ਇਹ ਫੱਕੀ ਖਾਂਦੇ ਨੇ ਔਰ ਇਹ ਫੱਕੀ ਇਹਨਾਂ ਨੇ ਬਣਾ ਕੇ ਸਪੈਸ਼ਲ ਆਪਣੇ ਵਾਸਤੇ ਰੱਖੀ ਦੀ ਵੀ ਆ ਲੇਕਿਨ ਉਹ ਕਹਿੰਦੇ ਨੇ ਕਿ ਮੈਂ ਸਿਰਫ ਤੁਹਾਨੂੰ ਨੁਸਖਾ ਦੱਸਿਆ ਕਿ ਅਜ਼ਮਾਇਆ ਹੋਇਆ ਨੁਸਖਾ ਔਰ ਖੁਦ ਵੀ ਅਸੀਂ ਇਸਤੇਮਾਲ ਕਰਨੇ ਪਏ ਸਾਡੇ ਯਾਰ ਦੋਸਤ ਆਉਂਦੇ ਨੇ ਇੱਥੇ ਦੁਕਾਨ ਤੇ ਉਹ ਵੀ ਇਸਤੇਮਾਲ ਕਰਦੇ ਨੇ ਫੈਮਿਲੀ ਵੀ ਕਹਿੰਦੇ ਸਾਡੀ ਇਸਤੇਮਾਲ ਕਰਦੇ ਆ ਮੈਂ ਇੱਕ ਦਫਾ ਆਪਣੇ ਨਾਜ਼ਰੀਨ ਨੂੰ ਫੇਰ ਦੱਸ ਦਿੰਦਾ ਕਿ ਉਹਨਾਂ ਕਿਹਾ ਪਾਓ ਦੁੱਧ ਲੈਣਾ ਔਰ ਦੂਸਰੇ ਨੰਬਰ ਤੇ ਬਦਾਮਾਂ ਦੀਆਂ 12 ਗਿਰੀਆਂ ਲੈਣੀਆਂ ਨੇ ਫਿਰ ਤੀਸਰੇ ਨੰਬਰ ਤੇ ਕਾਲੀ ਮਿਰਚ ਦੇ 5 ਦਾਣੇ ਲੈਣੇ ਨੇ ਫਿਰ ਲੌਂਗ ਦੇ 4 ਦਾਣੇ ਲੈਣੇ ਨੇ ਫਿਰ ਕਿਸ਼ਮਿਸ਼ ਦੇ 12 ਦਾਣੇ ਲੈਣੇ ਨੇ ਫਿਰ ਕਾਲੇ ਚਨੇ 20 ਦਾਣੇ ਲੈਣੇ ਨੇ ਇਹਨਾਂ ਨੂੰ ਪੀਸ ਲੈਣਾ ਰਾਤ ਨੂੰ ਦੁੱਧ 'ਚ ਭਿਉਂ ਲੈਣਾ ਅਤੇ ਦਿਨੇ ਸੁਬਾਹ ਗ੍ਰੈਂਡ ਕਰਕੇ ਅੱਛਾ ਅੱਛਾ ਮੈਂ ਸਰ ਦੱਸ ਦੇ ਪੈਣਾ ਕਿ ਰਾਤ ਨੂੰ ਦੁੱਧ 'ਚ ਭਿਉਂ ਕੇ ਰੱਖ ਲੈਣਾ ਉਹਨੂੰ ਦੁੱਧ ਦੇ ਵਿੱਚ ਹੀ ਗ੍ਰੈਂਡ ਕਰਕੇ ਸੁਬਾਹ ਦੁੱਧ ਵਿੱਚ ਹੀ ਗ੍ਰੈਂਡ ਕਰ ਲੈਣਾ ਇੱਕ ਨੁਸਖਾ ਹੋਰ ਹੈ ਜਿਹੜਾ ਆਪਣੇ ਨਾਸਰ ਭਾਈ ਨੇ ਅਲੈਦਾ ਦੱਸਿਆ ਪੇਟ ਦੀ ਗੈਸ ਵਾਸਤੇ ਉਹਨਾਂ ਨੇ ਕਿਹਾ ਜੀ ਇਲਾਚੀ 25 ਗ੍ਰਾਮ ਸੌਂਫ ਜਿਹੜੀ ਆ 25 ਗ੍ਰਾਮ ਸਫੇਦ ਜ਼ੀਰਾ 25 ਗ੍ਰਾਮ ਔਰ ਪੁਦੀਨਾ 25 ਗ੍ਰਾਮ ਇਹ 4 ਚੀਜ਼ਾਂ ਨੂੰ ਮਿਕਸ ਕਰ ਲੈਣਾ ਇਹਨਾਂ ਨੂੰ ਵੀ ਗ੍ਰੈਂਡ ਕਰ ਲੈਣਾ ਹਾਂ ਇਹ ਤਾਂ ਪਾਊਡਰ ਬਣਾ ਲਓ ਇਹਨਾਂ ਨੂੰ ਵੀ ਗ੍ਰੈਂਡ ਕਰਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਅਤੇ ਇਹਨਾਂ ਨੂੰ ਇਸਤੇਮਾਲ ਕਰਨਾ ਸੁਬਹ ਸ਼ਾਮ ਹਾਂ ਰੋਟੀ ਖਾਣੇ ਤੋਂ ਬਾਅਦ ਖਾਣੇ ਤੋਂ ਬਾਅਦ ਤੁਸੀਂ ਇਹ ਵੀ ਇਸਤੇਮਾਲ ਕਰ ਸਕਦੇ ਹੋ ਔਰ ਇਨਸ਼ਾਅੱਲਾ ਤਾਲਾ ਇਹ ਕੋਈ ਫੇਕ ਨਹੀਂ ਤੁਹਾਨੂੰ ਅਸਾਂ ਨੁਸਖਾ ਦੱਸਿਆ ਔਰ ਨਾ ਹੀ ਇਹਦਾ ਕੋਈ ਸਾਈਡ ਇਫੈਕਟ ਆ ਸਾਰੀਆਂ ਚੀਜ਼ਾਂ ਤੁਹਾਨੂੰ ਅੱਛੀਆਂ ਦੱਸੀਆਂ ਨੇ ਔਰ ਸਦਕਾ ਜਾਰੀਆ ਹੁੰਦਾ ਕੋਈ ਅੱਛੀ ਚੀਜ਼ ਵੀ ਆਪਣੇ ਭੈਣ ਭਰਾਵਾਂ ਤੱਕ ਪਹੁੰਚਾਉਣੀ ਜਿਹੜੀਆਂ ਨੇ ਵੀ ਸਦਕਾ ਜਾਰੀਆ ਇਹ ਤੁਹਾਡੀ ਮਿਹਰਬਾਨੀ ਹੈ ਜਿਹੜਾ ਵੇਖਦਾ ਉਹ ਅੱਗੇ ਵੀ ਸ਼ੇਅਰ ਕਰੇ ਉਹ ਅੱਗੇ ਵੀ ਸ਼ੇਅਰ ਕਰੇ ਤਾਂ ਕਿ ਇਹ ਆਪਣੇ ਦੋਸਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਲੱਗੇ ਔਰ ਇਹ ਨੁਸਖਾ ਇਸਤੇਮਾਲ ਕਰੋ ਇਨਸ਼ਾਅੱਲਾ ਤਾਲਾ ਤੁਸੀਂ ਸਿਹਤਯਾਬ ਹੋਵੋਗੇ ਔਰ ਇਨਸ਼ਾਅੱਲਾ ਤਾਲਾ ਇਹ ਆਪਣੇ
ਇਹਨਾਂ ਕੋਲੋਂ ਅਸੀਂ ਵੀ ਨੋਟ ਕਰ ਲੈਂਦੇ ਹਾਂ। ਮੈਂ ਖੁਦ ਵੀ ਆਪਣੀ ਫੈਮਿਲੀ ਨੂੰ ਕਹਿੰਦਾ ਕਿ ਅਸੀਂ ਇਹ ਬਣਾ ਕੇ ਯੂਜ਼ ਕਰਨੇ ਆ ਇਨਸ਼ਾਅੱਲਾ ਤਾਲਾ, ਔਰ ਤੁਸੀਂ ਵੀ ਯੂਜ਼ ਕਰੋ, ਬਹੁਤ ਅੱਛਾ ਨੁਸਖਾ। ਸਕਰੀਨ 'ਤੇ ਵਾਰ ਵਾਰ ਤੁਸੀਂ ਇਹ ਚੱਲਦਾ ਪਿਆ ਨੁਸਖੇ ਪੂਰੇ ਦੀ ਚਿੱਟ, ਇਹ ਤੁਸੀਂ ਗੌਰ ਨਾਲ ਪੜ੍ਹ ਲਓ, ਨੋਟ ਕਰ ਲਓ ਅਤੇ ਜ਼ਰੂਰ ਬਣਾਓ। ਦੋ ਨੁਸਖੇ ਤੁਹਾਨੂੰ ਅਲੱਗ ਅਲੱਗ ਦੱਸੇ ਨੇ। ਅਗਰ ਅੱਜ ਦੀ ਵੀਡੀਓ ਤੁਹਾਨੂੰ ਔਰ ਸਾਡਾ ਨੁਸਖਾ ਤੁਹਾਨੂੰ ਅੱਛਾ ਲੱਗਾ ਹੈ, ਜ਼ਿਆਦਾ ਤੋਂ ਜ਼ਿਆਦਾ ਨੂੰ ਸ਼ੇਅਰ ਕਰਨਾ, ਔਰ ਸਾਡੀ ਦੁਆ ਆ ਹਮੇਸ਼ਾ ਦੀ ਤਰ੍ਹਾਂ ਕਿ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ, ਅੱਲਾਹ ਤਾਲਾ ਤੁਹਾਨੂੰ ਆਪਣੇ ਜ਼ਮਾਨ 'ਚ ਰੱਖੇ, ਅੱਲਾਹ ਤਾਲਾ ਤੁਹਾਨੂੰ ਨੇਕ ਮਕਸਦ 'ਚ ਕਾਮਯਾਬ ਕਰੇ, ਔਰ ਅੱਲਾਹ ਤਾਲਾ ਨਾਸਰ ਭਾਈ ਨੂੰ ਇਸ ਚੀਜ਼ ਦਾ ਅਜਰ ਦੇ, ਕਿਉਂਕਿ ਐਸੀਆਂ ਅੱਛੀਆਂ ਅੱਛੀਆਂ ਚੀਜ਼ਾਂ ਦੱਸਣਾ ਵੀ ਸਦਕਾ ਜਾ ਰਹੀ ਆ। ਔਰ ਨਾਸਰ ਭਾਈ ਨਾਲ ਆਪਣੇ ਤਮੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।